ਲੋਕ ਭਲਾਈ ਦਾ ਸੁਨੇਹਾ ਅਖਬਾਰ ਅਤੇ LBS ਨਿਊਜ਼ ਚੈਨਲ ਵੱਲੋਂ ਪੰਜਾਬ ਦੇ ਹਰ ਇੱਕ ਪਿੰਡ ਵਿੱਚ ਮੇਰੇ ਪਿੰਡ ਦੀਆਂ ਗਲੀਆਂ ਪ੍ਰੋਗਰਾਮ ਕਰਵਾਉਣ ਲਈ ਸੰਪਰਕ ਕਰੋ 99142-46-21 99142-46-21। ਕੀ ਤੁਹਾਡਾ ਪਿੰਡ ਕੋਈ ਇਤਿਹਾਸਿਕ ਪਿੰਡ ਹੈ? ਕੀ ਤੁਸੀਂ ਆਪਣੇ ਪਿੰਡ ਨੂੰ ਪੂਰੀ ਦੁਨੀਆ ਵਿੱਚ ਦਿਖਾਉਣਾ ਚਾਹੁੰਦੇ ਹੋ? ਤਾਂ ਕਰੋ ਸਾਡੇ ਨਾਲ ਸੰਪਰਕ। ਅਸੀਂ ਆਵਾਂਗੇ ਤੁਹਾਡੇ ਪਿੰਡ ਅਤੇ ਜਾਣਾਂਗੇ ਤੁਹਾਡੇ ਪਿੰਡ ਦੀਆਂ ਖੂਬੀਆਂ ਬਾਰੇ। ਅੱਜ ਹੀ ਸੰਪਰਕ ਕਰੋ 99142-46-21 99142-46-21। ਜਾਏ ਤੂੰ ਹੈ ਵਾਹ ਤੇ
ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ ਹੈ, ਜਿਸ ਦੇ ਵਿੱਚ ਕੰਤਨ ਬਾਬਾ ਪੂਰਨ ਸਿੰਘ ਜੀ ਉਹਨਾਂ ਦੀ ਸਾਲਾਨਾ ਬਰਸੀ ਹਰ ਸਾਲ ਸਮੂਹ ਨਗਰ ਨਿਵਾਸੀ ਸੰਗਤਾਂ ਅਤੇ ਇਲਾਕੇ ਦੀਆਂ ਸੰਗਤਾਂ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਉਂਦੇ ਹਨ, ਜੋ ਕਿ 3 ਪੋਹ ਤੋਂ ਲੈ ਕੇ 7 ਪੋਹ ਤੱਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਬੀ ਬਾਣੀ ਦੇ ਜਾਪ ਪਰ ਆਰੰਭ ਹੋਏ ਸਨ। 3 ਪੋਹ ਨੂੰ 17 ਤਰੀਕ ਨੂੰ 13 ਸ਼੍ਰੀ ਅਖੰਡ ਪਾਠ ਸਾਹਿਬ ਪਰ ਆਰੰਭ ਹੋ ਕੇ 5 ਪੋਹ ਨੂੰ ਉਹਨਾਂ ਦੇ ਭੋਗ ਪਾਏ ਗਏ, ਉਪਰੰਤ 12 ਸ਼੍ਰੀ ਅਖੰਡ ਪਾਠ ਸਾਹਿਬ ਫਿਰ ਦੁਬਾਰਾ ਆਰੰਭ ਕੀਤੇ ਗਏ ਹਨ, ਜਿਨ੍ਹਾਂ ਦੇ ਅੱਜ ਭੋਗ ਪਾਏ ਗਏ। ਉਪਰੰਤ ਖੁੱਲ੍ਹੇ ਪੰਡਾਲਾਂ ਦੇ ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹਜ਼ੂਰੀ ਰਾਗੀ ਭਾਈ ਜਬਰਤੋਰ ਸਿੰਘ ਜੀ ਉਹਨਾਂ ਦਾ ਰਾਗੀ ਜੱਥਾ ਪਹੁੰਚਿਆ ਹੈ ਅਤੇ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਜੀ ਵਡਾਲਾ ਉਹਨਾਂ ਦਾ ਰਾਗੀ ਜੱਥਾ ਇਸੇ ਪਹੁੰਚਿਆ ਹੈ। ਉਸ ਤੋਂ ਉਪਰੰਤ ਭਾਈ ਅਮਰਜੀਤ ਸਿੰਘ ਕਵੀਸ਼ਰ ਸਵਰਾ ਉਹਨਾਂ ਦਾ ਸਾਥੀ ਭਾਈ ਭਗਵੰਤ ਸਿੰਘ ਅਤੇ ਮੇਜਰ ਸਿੰਘ ਜੀ ਕਵੀਸ਼ਰੀ ਜਥਾ ਸੰਗਤਾਂ ਨੂੰ ਗੁਰ ਦੇ ਆਸਣਾ ਕੇ ਨਿਹਾਲ ਕਰੇ ਹਨ। ਇਹ ਜੋ ਸਮਾਗਮ ਹੈ ਨਗਰ ਨਿਵਾਸੀ ਸੰਗਤਾਂ ਅਤੇ ਇਲਾਕੇ ਦੀਆਂ ਸੰਗਤਾਂ NRI ਵੀਰ ਵੀ ਬਹੁਤ ਇਸ ਸਮਾਗਮ ਵਿੱਚ ਸਹਿਯੋਗ ਦਿੰਦੇ ਹਨ ਅਤੇ ਭਾਵਨਾ ਕਰਦੇ ਹਾਂ ਕਿ ਸੰਗਤਾਂ ਅੱਗੇ ਤੋਂ ਇਸ ਸਮਾਗਮ ਨੂੰ ਬੜੇ ਚੜ੍ਹਦੀ ਕਲਾ ਦੇ ਨਾਲ ਵੱਧ ਤੋਂ ਵੱਧ ਸਹਿਯੋਗ ਦੇ ਕੇ ਇਸ ਸਮਾਗਮ ਨੂੰ ਚੜ੍ਹਦੀ ਕਲਾ ਦੇ ਨਾਲ ਮਨਾਇਆ ਕਰਨ ਅਤੇ ਨੌਜਵਾਨ ਵੀਰਾਂ ਨੂੰ ਇਸ ਸਮਾਗਮ ਤੋਂ ਸੇਧ ਮਿਲਦੀ ਹੈ ਕਿ ਨਸ਼ਿਆਂ ਤੋਂ ਬਚਿਆ ਜਾ ਸਕੇ ਅਤੇ ਇਸ ਗੁਰਦੁਆਰਾ ਸਾਹਿਬ ਦੀਆਂ ਸੇਵਾ ਚੱਲ ਰਹੀਆਂ ਹਨ, ਜਿਵੇਂ ਕਿ ਲੰਗਰ ਹਾਲ ਦੀ ਸੇਵਾ ਹੈ, ਬਹੁਤ ਚੰਗੀ ਪੱਧਰ 'ਤੇ ਸੇਵਾ, ਵੱਡਾ ਲੰਗਰ ਰੱਬ ਦਾ ਕੀਤੀ ਹੈ। ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਅਤੇ ਦਰਬਾਰ ਦੀਆਂ ਸੇਵਾ ਵਾਸਤੇ ਵੱਧ ਤੋਂ ਵੱਧ ਸੇਵਾ ਪਹੁੰਚਾ ਕੇ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਸੰਗਤਾਂ ਵੱਧ ਤੋਂ ਵੱਧ ਗੁਰੂ ਕੇ ਲੜ ਲੱਗਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।